ਅੱਛਾ ਮਤਲਬ ਕਿ ਸਕੂਲ ਸਕੂਲ ਦੀ ਯਾਰੀ ਦੋਸਤੀ ਸਕੂਲ ਦੀ ਯਾਰੀ ਦੋਸਤੀ ਐਵੇਂ ਫਰੈਂਡ ਵੀ ਨਹੀਂ ਉਹ ਉਹਦੇ ਨਾਲ ਗੱਲਾਂ ਕਰਦੀ ਓਏ ਓਏ ਉਧਰ ਤੇ ਵੇ ਉਧਰ ਤੇ ਵੇ ਉਧਰ ਤੇ ਹਾਂ ਕੀ ਕਰ ਰਹੇ ਹਾਸਾ ਮਜ਼ਾਕ ਬਸ ਉਹ ਭਾਈ ਜਾਨ ਜੀ ਵੀਡੀਓ ਵੇਚਦੀ ਮੇਰੀ ਤੇ ਉਹ ਭਾਈ ਸਾਹਿਬ ਮੈਨੂੰ ਕਹਿੰਦੇ ਜਾਂ ਕਬੂਤਰਬਾਜ਼ੀ ਛੱਡੋ ਜਾਂ ਮੈਨੂੰ ਛੱਡੋ ਮੈਂ ਕਿਹਾ ਬੀਬੀ ਤੂੰ ਜਾ ਸਕਦੀ ਕਦੀ ਤੈਨੂੰ ਦੌੜਾ ਪੈ ਰਿਹਾ ਹੁੰਦਾ ਜਾ ਤੂੰ ਦੇਖ ਨਾ ਜਾਈ ਮੈਂ ਕਿਹਾ ਬੀਬੀ ਤੂੰ ਜਾ ਪੂਰਾ ਮਹਿਸੂਸ ਹੁੰਦਾ ਤੁਹਾਡਾ ਦੋਵਾਂ ਨੂੰ ਇੱਕ ਤੂੰ ਨਹੀਂ ਛੱਡੋ ਜੋ ਵੀ ਆਪਸ ਚ ਬਹਿ ਕੇ ਯਾਰ ਸੈਟਿਸਫਾਈ ਕਰ ਲੋ ਨਹੀਂ ਤੇ ਮੈਨੂੰ ਮੌਕਾ ਦਿਓ ਮੈਂ ਤੁਹਾਨੂੰ ਅਸੀਂ ਆਪਸ ਚ ਬਹਿ ਜਾਈਏ ਮੈਂ ਬੁਲਾ ਲੈਣਾ ਭਾਈ ਤੁਹਾਨੂੰ ਦੋਵਾਂ ਨੂੰ ਤੁਹਾਨੂੰ ਦੋਵਾਂ ਨੂੰ ਬਹਿ ਕੇ ਤੁਹਾਡੀ ਗੈਦਰਿੰਗ ਕਰਾ ਦੇਣੀ ਯਾਰ ਮਜ਼ਾ ਨਹੀਂ ਆਉਂਦਾ ਇਸ ਗੱਲ ਨੂੰ ਦਫਾ ਕਰੋ ਸੁਲਾ ਸੁਲਾ ਕਰੋ ਯਾਰ ਸ਼ਾਮ ਨੂੰ ਨਹਿਰ ਤੇ ਪੁੱਲ ਤੇ ਬਹਿ ਕੇ ਤੁਹਾਡੀ ਦਾਵਤ ਕਰੀਏ ਕੀ ਬਾਤ ਹੈ ਜੀ ਮਾਸ਼ਾਅੱਲਾ ਟਿੱਕਾ ਪਾੜਲੀ ਕਰੀਏ ਅੱਜ ਵੈਸੇ ਵੀ ਰਾਤ ਚਾਂਦ ਰਾਤ ਆਹੇ ਚਾਂਦ ਰਾਤ ਚਾਂਦ ਰਾਤ ਸ਼ਾਨੀ ਨੂੰ ਫੋਨ ਕਰ ਅਗਰ ਤੇ ਦੋਵਾਂ ਪਾਵਾਂ ਦੀ ਫੋਨ ਕਰ ਤੇ ਕੋਕ ਨੂੰ ਫੋਨ ਕਰ ਉਹਨੂੰ ਰਾਤੀ ਬੁਲਾਈਏ ਤਰ੍ਹਾਂ ਇਹਨਾਂ ਦੀ ਜੱਫੀਆਂ ਚੁਪਾ ਪਾ ਕੇ ਸੁਲਾ ਖਾਈ ਗਿਆ ਮਾਦੀ ਪਿੱਛੇ ਰੁਕੀ ਹੋਈ ਸੀ ਮੈਂ ਦੱਸਾਂਗਾ ਪਹਿਲੇ ਵੇਲੇ ਚਾੜਦੇ ਗੱਲ ਮਾਦੀ ਦੋਸਤੋ ਬੈਠੀ ਮੋਟੋ ਆਪਣੀ ਤੇ ਯਕੀਨ ਕਰੋ 43 ਟੈਂਪਰੇਚਰ ਤੇ ਬੈਕ ਉਲਟ ਬਾਜ਼ੀਆਂ ਮਾਰੀਆਂ ਨੇ ਕੁਦਰਤ ਦਾ ਸ਼ੁਕਰ ਮੋਨਾ ਪਿੱਛੇ ਰੁਕੀ ਸੀ ਦਰਅਸਲ ਰੁਕੀ ਸੀ ਜੀ ਰੁਕੀ ਸੀ ਉੱਡਣ ਵਾਲਿਆਂ ਨੂੰ ਪਿੱਛੇ ਛੱਡਿਆ ਹੀ ਉਹਨੇ ਇਹਨੂੰ ਜੁਣਾ ਹੁਣ ਤੇ ਮੇਰੀ ਗੱਲ ਸੁਣ ਇਹਦਾ ਦਾਣਾ ਪਾਣਾ ਇੱਧਰ ਛੱਡ ਦੇ ਕਿਉਂਕਿ ਇਹਦਾ ਪਾਣੀ ਪਾ ਕੇ ਇੱਧਰ ਛੱਡ ਦੇ ਕਬੂਤਰ ਛੱਡ ਦੇ ਆ ਛੱਡ ਪਿੰਜਰੇ ਦੇ ਵਿੱਚ ਕੀ ਕਰਦੀ ਥੋੜ੍ਹੀ ਦੇਰ ਛੱਡਣ ਆ ਦੇਖੋ ਦੋਸਤੋ ਇਹ ਕਬੂਤਰੀ ਹੁਣ ਬੈਠੀ ਜੀ ਤੇ ਉਹਦਾ ਹਾਲ ਦੇਖੋ ਜ਼ਰਾ ਗਰਮੀ ਨੇ ਕੀ ਹਾਲ ਕਰਤਾ ਹੈ ਤੇ ਹਾਂਜੀ ਮੋਨਾ ਜੀ ਦੋਸਤੋ ਗਰਮੀ ਨੇ ਕੀ ਹਾਲ ਕੀਤਾ ਹੈ ਸਾਡਾ ਕੀ ਹਾਲ ਹੋ ਗਿਆ ਨੈਨੀ ਦਾ ਤਾਂ ਪੁੱਛਣ ਦੇ ਯਾਰ ਹਾਂਜੀ ਨੈਨੀ ਦਾ ਜ਼ਰਾ ਨੈਨੀ ਨੂੰ ਧੋਖਾ ਹੋ ਗਿਆ ਹਾਂਜੀ ਨੈਨੀ ਜੀ ਕੀ ਹਿਸਾਬ ਹੈ ਜ਼ਰਾ ਦੱਸੋ ਮਤਲਬ ਕਿ ਸਕੂਲ ਸਕੂਲ ਦੀ ਯਾਰੀ ਦੋਸਤੀ ਸਕੂਲ ਦੀ ਯਾਰੀ ਦੋਸਤੀ ਐਵੇਂ ਫਰੈਂਡ ਵੀ ਨਹੀਂ ਉਹ ਉਹਦੇ ਨਾਲ ਉਧਰ ਤੇ ਵੇ ਉਧਰ ਤੇ ਵੇ ਉਧਰ ਤੇ ਹਾਂ ਕੀ ਕਰ ਰਹੇ ਹਾਸਾ ਮਜ਼ਾਕ ਬਸ ਉਹ ਭਾਈ ਜਾਨ ਜੀ ਵੀਡੀਓ ਵੇਚਦੀ ਮੇਰੀ ਤੇ ਉਹ ਭਾਈ ਸਾਹਿਬ ਮੈਨੂੰ ਕਹਿੰਦੇ ਜਾਂ ਕਬੂਤਰਬਾਜ਼ੀ ਛੱਡੋ ਜਾਂ ਮੈਨੂੰ ਛੱਡੋ ਮੈਂ ਕਿਹਾ ਬੀਬੀ ਤੂੰ ਜਾ ਸਕਦੀ ਇਹ ਤਾਂ ਕਹਿ ਨਹੀਂ ਸ਼ੋਕ ਛੁੱਟਣਾ ਹੁਣ ਅੱਛਾ ਜੀ ਇਹ ਪੈ ਗਈ ਨਹੀਂ ਤੈਨੂੰ ਉਹ ਤੇਰਾ ਬੋਈ ਵੀ ਵੇਚਦੀ ਓਏ ਉਹੀ ਤੇ ਕਹਿੰਦੀ ਕਹਿੰਦੀ ਕਦੀ ਤੈਨੂੰ ਦੌੜਾ ਪੈ ਰਿਹਾ ਹੁੰਦਾ ਜਾ ਤੂੰ ਦੇਖ ਨਾ ਜਾਈ ਹਾਂ ਮੈਂ ਕਿਹਾ ਬੀਬੀ ਤੂੰ ਜਾ ਤੁਹਾਡੇ ਮਾਂ ਦੀਆਂ ਦੁਆਵਾਂ ਨੇ ਅਸੀਂ ਨਹੀਂ ਜਾਂਦੇ ਕਿੱਥੇ ਕਹਿੰਦਾ ਕਦੀ ਕਹਿੰਦੀ ਤੈਨੂੰ ਦੌੜਾ ਪੈ ਲੱਪ ਕਹਿੰਦੀ ਆ ਮੈਨੂੰ ਛੱਡ ਮੈਂ ਤੇਰੇ ਨਾਲ ਬੋਲਣਾ ਨਹੀਂ ਕਦੀ ਨਾਲ ਤੇ ਚੜ ਜਾਂਦੀ ਬਾਕੀ ਮੋਨਾ ਜੀ ਕੱਲ ਦੀ ਟੀਮ ਬਾਰੇ ਕੀ ਖਿਆਲ ਹੈ ਉਹ ਟੀਮ ਬਾਰੇ ਪਾਪਾ ਦੱਸਣਗੇ ਕਿਉਂਕਿ ਛਮਾ ਜੀ ਤੁਸੀਂ ਤਾਂ ਮੈਨੂੰ ਕਬੂਤਰਾਂ ਨੂੰ ਹੱਥ ਵੀ ਨਹੀਂ ਲਾਣ ਦਿੰਦੇ ਤੇ ਮੈਂ ਤੁਹਾਨੂੰ ਕੀ ਟੀਮ ਦਾ ਦੱਸਣਾ ਐਵੇਂ ਨਾ ਐਡੀ ਗਰਮੀ ਚ ਮਾਦੀ ਹੁਣ ਬੈਠੀ ਨੂੰ ਪਾਣੀ ਮੰਗਣ ਨੂੰ ਮਿਲਦੀ ਵੀ ਚੈੱਕ ਕਰ ਲੈ ਹਾਂ ਰੁਕ ਜਾ 15 ਮਿੰਟ ਹੁੰਦੇ ਤੇ ਇੰਜਨ ਨੂੰ ਫਿਰ ਪਾਦੀ ਚ ਪਾਣਾ ਹੈ ਇੰਜਨ ਚ ਪਾਣਾ ਹੈ ਪਾਣਾ ਯਾਰ ਇੰਜਨ ਬਾਜੀ ਇਨਸ਼ਾਅੱਲਾ ਉੱਡੇਗਾ ਇਨਸ਼ਾਅੱਲਾ ਅੱਲਾ ਖੈਰ ਕਰੇਗਾ ਬਿਸਮਿਲਾ ਕਰਕੇ ਇੰਜਨ ਹਾਰਿਆ ਜੀ ਅੱਲਾ ਦੇ ਹਵਾਲੇ ਕਰਕੇ ਛੱਡਣਾ ਜੀ ਬਾਕੀ ਹਾਂ ਜੀ ਬਾਪਾ ਜੀ ਅਸਲਾਮ ਅਲੈਕੁਮ ਜੀ ਮੈਚ ਬਾਅਦ ਬਿਲਾ ਸੁਈ ਗਿਆ ਸਲਾ ਬਾਸ਼ਾਅੱਲਾ ਤਿਆਰੀ ਆਪਣੀ ਪੂਰੀ ਹੋ ਗਈ ਹੈ ਕਬੂਤਰ ਸੀ ਸਾਂਭ ਲੈਣੇ ਦਾਣਾ ਪਾਣੀ ਕਰ ਦਿੱਤਾ ਹੈ ਅੱਗੋਂ ਮੁਕੱਦਰਾਂ ਦੀ ਗੱਲ ਅਧਰਾਇਓ ਤੋਂ ਸਾਂਭ ਮਾਸ਼ਾਅੱਲਾ ਪੂਰੇ 7 ਕਬੂਤਰ ਤਿਆਰ ਕਰ ਲੈਣੇ 8 ਕੀਤੇ ਨੇ 8ਵਾਂ ਕਬੂਤਰ ਵਿੱਚ ਉਹ ਇੱਕ ਐਕਸਟਰਾ ਕੀਤਾ ਹੈ ਲੇਕਿਨ ਅਸੀਂ ਇੰਜਨ ਵਿੱਚ ਬਾਜ਼ੀ ਚ ਪਾ ਰਹੇ ਹਾਂ ਕਿਸਮਤ ਬਾਕੀ ਅੱਲਾ ਤਾਲਾ ਖੈਰ ਕਰੇ ਹੁਣ ਇਹਨੂੰ ਬਾਹਰ ਕੱਢਾਂਗੇ ਸਾਡਾ ਦਿਲ ਵਾਰਾ ਨਹੀਂ ਖਾ ਰਿਹਾ ਮੈਂ ਕਹਿੰਦਾ ਹੁਣ ਪੂਰਾ ਉੱਡ ਗਿਆ ਹੁਣ ਐਂਡ ਤੇ ਆਖਰੀ ਉੱਡ ਜਾਵੇ ਆਖਰੀ ਵੀ ਉੱਡ ਜਾਵੇ ਦਿਲ ਚ ਹਸਰਾ ਦਰਾ ਰਹਿ ਰਹੇ ਇਹ ਉੱਡ ਜਾਂਦਾ ਤਾਂ ਇੰਜ ਹੋ ਜਾਂਦਾ ਤਾਂ ਨਾ ਇਹ ਕਰਕੇ ਉਡਾਓ ਸ਼ੁਕਰ ਮਿਲਾ ਗਾ ਫਿਰ ਅੱਗੋਂ ਪੂਰਾ ਸਾਲ ਸਾਹਮਣੇ ਆ ਕੱਲ ਖੈਰ ਨਾਲ ਆਵੇ ਬਿਸਮਿਲਾ ਕਰੋ ਇਨਸ਼ਾਅੱਲਾ 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 ਬਿਸਮਿਲਾ ਕਰਕੇ ਰੱਖੋ ਮਾ ਚਲ ਆਪਣੇ ਖੁੱਡੇ ਦੀ ਰੋਣਗੇ
ਤੇ ਮਾਸ਼ਾਅੱਲਾ ਤਿਆਰੀ ਆਪਣੀ ਪੂਰੀ ਹੈ ਜੀ, ਮਾਸ਼ਾਅੱਲਾ ਪੂਰੇ ਪੂਰੇ ਸੰਭਾਲ ਦਿੱਤੇ ਨੇ, ਦਾਣਾ ਛੱਮਾ ਨੇ ਪਾਤਾ, ਮੈਂ ਤੇ ਕੰਮ ਧੋਣਾ ਹੀ ਆਇਆ, ਦਾਣਾ ਪਾਣੀ ਇਹਨੇ ਬਾਹਰ ਬਾਹਰ ਇਹਨੇ ਪੂਰੇ ਪੂਰੇ ਕਬੂਤਰੀ ਡਾਂਗ ਕੇ ਤੇ ਬਿਠਾ ਲਈ ਸੂ, ਤੇ ਕਬੂਤਰ ਬਹੁਤ ਜ਼ਿਆਦਾ ਲੋਕਾਂ ਦੇ ਮਰਦੇ ਪਏ ਨੇ, ਹਾਲਾਤ ਬਹੁਤ ਖਰਾਬ ਨੇ, ਅੱਲਾਹ ਤਾਲਾ ਸਭ ਦੀ ਖੈਰ ਕਰੇ, ਕੱਲ੍ਹ ਵੀ ਖੈਰ ਕਰੀ ਨਾ ਬਹਿਣ, ਲੇਕਿਨ ਕੱਲ੍ਹ ਹਾਲਾਤ ਬਹੁਤ ਖਰਾਬ ਹੋਣਗੇ, ਲਾਹੌਰ 'ਚ ਪੂਰੇ 'ਚ ਬਾਜ਼ੀ ਹੈ ਔਰ ਗਰਮੀ ਵੀ ਰੂਸ 'ਤੇ ਜਾ ਰਹੀ ਹੈ, ਰੂਸ 'ਤੇ ਜਾ ਰਹੀ ਹੈ, ਸੰਭਾਲਣਾ ਮੁਸ਼ਕਲ ਹੋਇਆ, ਬੜੇ ਦੋਸਤ ਵੀ ਜਿਹੜੇ ਇਹਨਾਂ ਨਾਲ ਫੋਨ ਕਰ ਕਰਕੇ ਦੱਸਣ ਡੇ ਨੇ ਕਿ ਇੰਜ ਹੋ ਗਿਆ ਇੰਜ ਹੋ ਗਿਆ, ਦੋ ਤਿੰਨ ਸਾਡੇ ਛੋਟੇ ਭਾਈ ਬੱਚੇ ਨੇ, ਛੋਟੇ ਯਾਰ ਦੋਸਤ ਨੇ, ਉਹਨਾਂ ਦੇ ਕਬੂਤਰ ਨਵੇਂ ਨਵੇਂ ਰੱਖੇ ਨੇ ਜੀ, ਛਮਾ ਬਾਈ 10 ਵਜੇ ਬੈਠਾ ਕਬੂਤਰ ਸਿੱਧਾ ਨਹੀਂ ਹੋ ਰਿਹਾ, ਮੈਂ ਕਹਿੰਦੇ ਮੇਰੇ ਨਹੀਂ ਸਿੱਧੇ ਹੋ ਰਹੇ, ਅਸੀਂ ਹੁਣ ਮਾਸ਼ਾਅੱਲਾ ਕੱਲ ਡਾਇਸ ਸਾਡਾ ਗੋਲਡਨ ਜਾ ਕੇ ਨਾ, ਕੱਲ ਰਾਤ ਨੂੰ ਜਾ ਕੇ ਸਿੱਧਾ ਹੋਇਆ, ਸਾਂਭਿਆ ਕਿ ਨਹੀਂ ਉਹਨੇ, ਹਾਂ ਹੁਣ ਮਾਸ਼ਾਅੱਲਾ ਆਪਣਾ ਸਾਂਭਦਾ, ਲੇਕਿਨ ਛਮਾ ਜੀ ਉਹਨੂੰ ਨਹੀਂ ਬਾਜ਼ੀ 'ਚ ਪਾਉਣਾ, ਉਹ ਨਹੀਂ ਆਏਗਾ ਵਿੱਚ, ਉਹ ਕਬੂਤਰ ਨੂੰ ਬਾਹਰ ਕੱਢ ਲੈਣਾ, ਆਹ ਤੁਹਾਡੇ ਕੋਲ ਆਪਸ਼ਨ, ਖਾਨੇ ਵਾਲਾ ਕਬੂਤਰ ਬਾਹਰ ਹੋ ਗਿਆ ਨਾ, ਹਾਂ ਖਾਨੇ ਵਾਲਾ ਕਬੂਤਰ ਬਾਹਰ ਹੋ ਗਿਆ, ਇਹ ਲਿਆਓ ਜੀ ਛਮਾ ਜੀ, ਇਹ ਕਬੂਤਰ ਸਾਡਾ ਦੋਸਤ ਹੈ ਜ਼ੈਦ ਮੁਰਗੀਆਂ ਵਾਲਾ, ਇਹ ਉਹਨਾਂ ਦਾ ਪਹਿਲੀ ਤਵਾਰ ਨਾਲ ਰਾਤ ਰਹਿ ਗਿਆ ਸੀ ਕਬੂਤਰ, ਇਹ ਕਬੂਤਰ ਇਹ ਕਬੂਤਰ ਤੁਹਾਨੂੰ ਪਰੇ ਡਿੱਗ ਗਿਆ ਸੀ, ਤੇ ਉਹ ਉਹਨਾਂ ਦਾ ਕਬੂਤਰ ਆਪਣੇ ਇੱਕ ਦੋਸਤ ਕੋਲ ਡਿੱਗਾ ਸੀ, ਸ਼ਾਨੀ ਭਾਈ ਨੇ ਕਬੂਤਰ ਦਿੱਤਾ ਉਹਨਾਂ ਨੇ, ਸ਼ਾਨੀ ਭਾਈ ਕੋ ਕਬੂਤਰ ਡਿੱਗਾ ਸੀ, ਕੀ ਬਾਤ ਹੈ ਜੀ ਮਾਸ਼ਾਅੱਲਾ, ਵਾਪਸ ਦਿੱਤਾ ਤੇ ਉਹਨੇ ਉਹਨਾਂ ਨੂੰ ਅੱਜ ਜ਼ੈਦ ਭਾਈ ਮੁਰਗੀਆਂ ਵਾਲਿਆਂ ਨੂੰ ਅੱਜ ਸਦਰ ਬਾਜ਼ਾਰ ਉਹਨਾਂ ਦਾ ਕਬੂਤਰ ਹੈ, ਉਹਨਾਂ ਨੂੰ ਵਾਪਸ ਦੇਣਾ, ਇੱਕ ਗੱਲ ਵੈਸੇ ਕਹਾਂ, ਹਾਂ ਦੋਵੇਂ ਸ਼ਾਨੀ ਭਾਈ ਵੀ ਭਰਾ ਵੇ, ਕੋਖਰੀ ਭਰਾ ਵੇ, ਯਾਰ ਛੱਡ ਦੇ ਲੜਾ ਚ ਮੈਂ ਕੋਈ ਨਾ ਟੌਪਿਕ, ਨਹੀਂ ਮੈਂ ਨਹੀਂ, ਮੈਂ ਟੌਪਿਕ ਨਹੀਂ ਕਹਿ ਰਿਹਾ, ਮੈਂ ਉਹਨਾਂ ਦੇ ਵਿੱਚ ਵੜਨ ਨਹੀਂ ਕਹਿ ਰਿਹਾ, ਉਹ ਆਪਾਂ ਚ ਬੈਠਣ, ਬੈਠ ਕੇ ਆਪਾਂ ਚ ਯਾਰ ਉਹ ਕੱਲ ਜੇ ਸੋਲਵ ਕਰ ਲਵਾਂਗੇ, ਨਹੀਂ ਹੋ ਜਾਏਗੀ ਉਹਨਾਂ ਦੀ ਇਨਸ਼ਾਅੱਲਾ, ਇਨਸ਼ਾਅੱਲਾ ਜੀ ਇਨਸ਼ਾਅੱਲਾ, ਕੋਈ ਗੱਲ ਨਹੀਂ ਹੋ ਜਾਏਗਾ ਉਹਨਾਂ ਦਾ, ਉਹਨਾਂ ਦੀ ਗੈਦਰਿੰਗ ਹੋ ਰਹੀ ਹੈ, ਫਿਰ ਕਬੂਤਰ ਬਾਹਰ ਕਰਾ ਕਹਿੰਦੇ ਨੇ, ਅਸੀਂ ਜੀ ਉਹਨਾਂ ਨੂੰ ਕਹਿ ਦੇਾਂਗੇ ਕਿ ਯਾਰ ਅਸੀਂ ਭਾਈ ਆਹੀ ਕਵਾਂਗੇ ਕਿ ਨਾਲ ਹੀ ਆਵਾਜ਼ ਰਿਕਵੈਸਟ ਕਰਾਂਗੇ ਕਿ ਯਾਰ ਤੁਹਾਡੀ ਮਿਹਰਬਾਨੀ ਹੈ, ਆਪਾਂ ਚ ਬੈਠ ਕੇ ਨਾ ਮਾਮਲਾ ਸੋਲਵ ਕਰ ਲਓ, ਯਾਰ ਅੱਛਾ ਨਹੀਂ ਲੱਗਦਾ, ਸਾਰੇ ਇਕੱਠੇ ਵੇਖਦੇ ਨੇ ਫਿਰ ਉਹ ਅੱਛਾ ਬੁਰਾ ਮਹਿਸੂਸ ਹੁੰਦਾ, ਤੁਹਾਡਾ ਦੋਵਾਂ ਨੂੰ ਇੱਕ ਦੂ ਨਹੀਂ ਛੱਡੋ, ਜੋ ਵੀ ਆਪਸ ਚ ਬਹਿ ਕੇ ਯਾਰ ਸੈਟਿਸਫਾਈ ਕਰ ਲਓ, ਨਹੀਂ ਤੇ ਮੈਨੂੰ ਮੌਕਾ ਦਿਓ, ਮੈਂ ਤੁਹਾਨੂੰ ਸ਼ਾਇਦ ਗੈਦਰਿੰਗ ਕਰੀਏ, ਅਸੀਂ ਆਪਸ ਚ ਬਹਿ ਜਾਈਏ, ਮੈਂ ਬੁਲਾ ਲੈਣਾ ਭਾਈ ਤੁਹਾਨੂੰ ਦੋਵਾਂ ਨੂੰ, ਤੁਹਾਨੂੰ ਦੋਵਾਂ ਨੂੰ ਬਹਿ ਕੇ ਤੁਹਾਡੀ ਗੈਦਰਿੰਗ ਕਰਾ ਦੇਣੀ ਯਾਰ, ਕੋਈ ਗੱਲ ਨਹੀਂ ਯਾਰੀ, ਤੁਸੀਂ ਹਮੇਸ਼ਾ ਬਾਜ਼ੀ ਆਪਣੇ ਯਾਰਾਂ ਸੱਜਣਾਂ ਨਾਲ ਹੀ ਉੜਦੀ ਹੈ ਯਾਰ, ਸ਼ੁਗਲ ਮੇਲਾ ਦਹਾਣ ਆਉਂਦਾ ਹੈ, ਕਿਹੜਾ ਕੋਈ ਇੱਕ ਦੂਜੇ ਨੂੰ ਮਾਰਨਾ ਹੁੰਦਾ, ਇਸੇ ਤਰ੍ਹਾਂ ਸ਼ੋਕ ਮੇਲਾ ਆਉਂਦਾ, ਸ਼ੋਕ ਮੇਲਾ ਦਹਾਈਦਾ, ਔਰ ਵੀਰੋ ਮੇਰੇ ਉਹ ਕੱਲ੍ਹ ਕੀ ਕਹੇ ਖੋਖਰ ਭਾਈ, ਤੁਸੀਂ ਵੀ ਸ਼ਾਨੀ ਭਾਈ ਤੁਸੀਂ, ਤੁਹਾਡੀ ਮਿਹਰਬਾਨੀ ਯਾਰ, ਠੀਕ ਹੈ ਗਿੱਲਾ ਹੁੰਦਾ ਸ਼ਿਕਵਾ ਹੁੰਦਾ, ਚਲੋ ਤੁਸੀਂ ਬਸ ਹੁੰਦੀ ਹੈ, ਚਲੋ ਬੜਾ ਸਵਾ ਦਫਾ ਕਰੋ ਯਾਰ, ਆਪਸ ਵਿੱਚ ਸੁਲਾ ਕਰੋ, ਪਹਿਲੇ ਕਲੋਜ਼ ਕਰੋ, ਠੀਕ ਹੈ, ਦੋਸਤਾਂ ਨੂੰ ਪ੍ਰਮੋਟ ਕਰੋ ਦਿਖਾਓ ਯਾਰ, ਸ਼ੋਕ ਜੂ ਦਿਖਾਓ, ਉਹ ਫਿਰ ਇਹੀ ਕਹਿੰਦੇ ਨੇ ਕਿ ਲੜਾਈ ਹੋ ਗਈ ਹੈ, ਅਗਰ ਕਲੀਅਰਨੈਸ ਆਈਏ ਨਾ ਕਿ ਉਹ ਗੱਲਾਂ ਸੁਣਨ ਤੇ ਆਈਏ, ਤਾਂ 100 ਸਾਲ ਵੀ ਪਿੱਛੇ ਚਲੋ, 100 ਸਾਲ ਪਿੱਛੇ ਚਲੋ ਯਾਰ, ਫਿਰ ਖਤਮ ਨਹੀਂ ਹੁੰਦੀਆਂ, ਦਫਾ ਕਰੋ, ਜੋ ਵੀ ਹੋ ਗਿਆ ਮਿੱਟੀ ਪਾਓ, ਸਾਰਾ ਕੁਝ ਖਤਮ ਕਰ ਦਿਓ, ਨਵੇਂ ਸਿਰੇ ਦੇ ਫਿਰ ਦਿਲ ਸਿੱਧਾ ਪੱਤਰਾ ਕਰਕੇ ਯਾਰ ਆਪਸ ਵਿੱਚ ਸੁਲਾ ਕਰੋ ਯਾਰ, ਕਬੂਤਰ ਵਾਸਤੇ ਸ਼ੋਕ ਮੇਲਾ ਕਰੋ, ਹੁੰਦਾ ਜਾ ਰਿਹਾ ਵੀਡੀਓ ਵੇਖ ਕੇ, ਸ਼ੋਕ ਮੇਲਾ ਦਾ ਯਾਰ, ਸਾਰੀ ਵਾਮ ਵੇਖਦੀ ਹੈ, ਫਿਰ ਉਹ ਉੱਪਰ ਅੱਛਾ ਨਹੀਂ ਲੱਗੇਗਾ, ਉਹ ਕਹਿਣਗੇ, ਉਹ ਕਹਿਣਗੇ, ਦੇਖੋ ਕਈ ਬੰਦੇ ਵੀ ਕਹਿ ਰਹੇ ਨੇ ਯੂਟਿਊਬ ਪਰ ਇੰਜ ਹੁੰਦੇ ਨੇ ਯਾਰ, ਗੱਲ ਕੀ ਕਿ ਫਿਰ ਸਾਰਿਆਂ ਵਿੱਚ ਹੀ ਆ ਜਾਂਦੇ, ਵਿੱਚ ਹੀ ਅਸੀਂ ਵੀ ਆ ਜਾਂਦੇ ਹਾਂ, ਉਹ ਫਿਰ ਅੱਛਾ ਨਹੀਂ ਲੱਗਦਾ ਯਾਰ, ਸ਼ੋਕ ਦਿਖਾਓ ਅਗਲੇ ਨੂੰ, ਬੜਾ ਮਜ਼ਾ ਆਵੇ, ਉਹ ਵੇਖਣ ਵਾਲੇ ਆ ਕਿ ਕਹਿਣਗੇ ਐਂਡ ਤੋਂ ਗੰਦ ਘੋਲਣ ਡੇ ਨੇ ਯਾਰ, ਮਜ਼ਾ ਨਹੀਂ ਆਉਂਦਾ, ਇਸ ਗੱਲ ਨੂੰ ਦਫਾ ਕਰੋ, ਸੁਲਾ ਸੁਲਾ ਕਰੋ ਯਾਰ, ਸ਼ਾਮ ਨੂੰ ਨਹਿਰ ਦੇ ਪੁੱਲ ਤੇ ਬਹਿ ਕੇ ਤੁਹਾਡੀ ਦਾਵਤ ਕਰੀਏ, ਕੀ ਬਾਤ ਹੈ ਜੀ ਮਾਸ਼ਾਅੱਲਾ, ਟਿੱਕਾ ਪਾਲੀ ਕਰੀਏ, ਅੱਜ ਵੈਸੇ ਵੀ ਰਾਤ ਚਾਂਦ ਰਾਤ, ਆਹੇ ਚਾਂਦ ਰਾਤ, ਚਾਂਦ ਰਾਤ, ਸ਼ਾਨੀ ਨੂੰ ਫੋਨ ਕਰ, ਅਗਰ ਤੇ ਦੋ ਪਾ ਸ਼ਾਨੀ ਨੂੰ ਫੋਨ ਕਰ, ਤੇ ਕੋਕਰ ਨੂੰ ਫੋਨ ਕਰ, ਉਹਨੂੰ ਰਾਤੀ ਬੁਲਾਈਏ, ਤਰਾਂ ਇਹਨਾਂ ਦੀਆਂ ਜੱਫੀਆਂ ਚ ਪਾ ਕੇ ਸੁਲਾ ਖਾਈਏ, ਯਾਰ ਅੱਛੀ ਗੱਲ ਨਹੀਂ, ਭਾਈ ਤੁਹਾਨੂੰ ਦੋਵਾਂ ਪਾਰਟੀਆਂ ਨੇ ਮੇਰੇ ਲਈ ਦਾਵਤ, ਟਿੱਕਾ ਪਾਲਟੀ ਜੀ ਦੇ ਕੋਲ, ਟਿੱਕੇ ਪਾਲਟੀ, ਕੀ ਬਾਤ ਹੈ ਜੀ, ਗੋਟੀ ਚੱਲੇਗੀ, ਸਿੱਖਾ ਚੱਲੇਗੇ, ਕੁਆਰ ਚੱਲਣਗੇ, ਸਿੱਖਾ ਚੱਲੇਗੇ, ਉਹ ਸਾਡੇ ਲੋ, ਤਾਂ ਤੁਹਾਨੂੰ ਸ਼ਾਮ ਨੂੰ ਬੁਲਾਣੇ ਯਾਰ, ਤੁਹਾਨੂੰ ਦੋਵਾਂ ਨੂੰ, ਮੇਰੀ ਪੂਰੀ ਕੋਸ਼ਿਸ਼ ਹੈ ਕਿ ਤੁਹਾਨੂੰ ਦੋਵਾਂ ਨੂੰ ਬੁਲਾਵਾਂਗੇ, ਇਨਸ਼ਾਅੱਲਾ, ਤੁਸੀਂ ਮੰਨ ਲਈ ਤੁਹਾਨੂੰ ਬਹਿ ਕੇ ਸੁਲਾ ਕਰਾਵਾਂਗੇ ਯਾਰ, ਇਨਸ਼ਾਅੱਲਾ, ਇਨਸ਼ਾਅੱਲਾ, ਇਹ ਗੱਲਾਂ ਕਿਸੇ ਦੀ ਨਹੀਂ ਜੇ ਸੁਣਨੀ,
ਜੱਫੀ ਪਾਣੀ ਹੈ ਤੇ ਬਿਠਾ ਦੇਣਾ ਜੀ ਬਸ, ਫਿਰ ਇੱਕ ਕਰ ਦੇਣਾ ਹਾਂ ਜੀ ਬਸ, ਇੰਜ ਕੋਈ ਦਿਲ ਚ ਰੰਜਿਸ਼ ਨਹੀਂ ਕਰਨੀ, ਭਰਾ ਭਰਾ ਹੈਗੇ ਨੇ, ਪਾਪਾ ਗੱਲ ਪਲਾ ਗਈ ਹੈ, ਇੰਜ ਲੋਕ ਪਲਾ ਕਹਿੰਦੇ ਨੇ ਕਬੂਤਰ ਬਾਜ਼ ਨੂੰ ਕਬੂਤਰ ਬਾਜ਼ ਨਹੀਂ 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 ਕੋਈ ਬਾਜ਼ ਅਸੀਂ ਨਹੀਂ ਆ ਯਾਰ ਛਮਾ, ਅਸੀਂ ਆ ਗਏ ਆ ਕਬੂਤਰ ਬਾਜ਼, ਉਹ ਉੱਥੇ ਉਹ ਜਿਹੜੇ ਨਵੇਂ ਨਵੇਂ ਲੋਕ ਹਮਦਾ ਕਬੂਤਰ ਬਾਜ਼ ਬਣਦੇ ਆ ਅੱਜ, ਹਮਦਾ ਆਹੋ ਜੀ ਉਹ ਕਬੂਤਰ ਬਾਜ਼ ਹਮਦਾ ਭਾਈ ਨਾ ਆਹੋ, ਦੇਖੋ ਜੀ ਤੁਹਾਡੀ ਮਿਹਰਬਾਨੀ ਦੋਸਤੋ, ਅਸੀਂ ਕਿਸੇ ਇੱਕ ਬਾਜ਼ੋ ਬੱਚੇ ਪਾਲਦੇ ਨੇ ਬੜਾ ਸੋਹਣਾ, ਅਸੀਂ ਕਿਸੇ ਵਿਊਜ਼ ਦੇ ਚੱਕਰਾਂ 'ਚ ਨਹੀਂ ਲੈ ਰਹੇ, ਅਸੀਂ ਕਿਸੇ ਐਸਚੋਜ਼ ਦੇ ਬਾਰੇ ਨਹੀਂ ਸੋਚ ਰਹੇ, ਅਸੀਂ ਸਿਰਫ ਇਹ ਲੈ ਕੇ ਦੋਵਾਂ ਤੋਰਨੇ ਪਿਆ ਤੇ ਲਾਈਕ ਨਾ ਕਰਨਾ ਯਾਰ, ਨਹੀਂ ਲੇਕਿਨ ਅਸੀਂ ਇਹ ਦੋ ਭਰਾ ਨੇ ਸਾਡੇ ਇਕੱਠੇ ਸੀ, ਅਸੀਂ ਦੁਬਾਰਾ ਫੇਰ ਇਹਨਾਂ ਨੂੰ ਇਕੱਠੇ ਕਰ ਦੇਣਾ ਚਾਹੁੰਦੇ ਆ, ਨਾ ਸਾਨੂੰ ਵਿਊਜ਼ ਦਾ ਚੱਕਰ ਹੈ, ਅਲਹਮਦੁਲਿਲਾ ਪੰਜ ਸੱਤ ਹਜ਼ਾਰ ਹੁੰਦੇ ਜਾਂਦੇ ਨੇ, ਐ ਅੱਲਾ ਦੇ ਕਾਰ ਬੜਾ ਹੀ ਸ਼ੁਕਰ ਹੈ ਮਾਸ਼ਾਅੱਲਾ, ਵੈਸੇ ਪਿਆਰ ਬੜਾ ਮੈਨੂੰ ਕੱਲਣ ਬੋਲਣ ਦਾ ਗੱਲ ਇਹ ਹੈ ਕਿ ਮੇਰਾ ਵੀਰ ਇਹਦੇ ਵਿੱਚ ਸਾਨੂੰ ਕੋਈ ਵੱਡੇ ਬੰਦ ਦੀ ਜ਼ਰੂਰਤ ਨਹੀਂ ਹੈ, ਲੇਕਿਨ ਇਹ ਕਹਿ ਰਿਹਾ ਕਿ ਵਾਮ ਯਾਰ 6 ਮੇਫ ਕਪ ਕਰ ਰਹੀ ਹੈ ਤਾਂ ਅੱਛਾ ਨਹੀਂ ਲੱਗਦਾ ਦੋਵਾਂ 'ਤੇ, ਅਤੇ ਮੇਰਾ ਵੀਰ ਬਹਿ ਕੇ ਤੁਹਾਡੀ ਸੁਲਾਹ ਕਰਾ ਦਈਏ, ਆਪਣੇ ਆਪਣੇ ਗਿਲੇ ਤੁਹਾਡੇ ਬਿਲਕੁਲ ਸਹੀ ਹੋਣਗੇ, ਮੈਂ ਨਹੀਂ ਕਹਿੰਦਾ ਉਹਦਾ ਵੀ ਹੋਏਗਾ ਉਹਦਾ ਵੀ ਹੋਏਗਾ, ਲੇਕਿਨ ਮੈਂ ਕਹਿੰਦਾ ਯਾਰ ਗੈਦਰਿੰਗ ਕਰਕੇ ਨਾ ਸੁਲਾਹ ਕਰ ਲਈ ਯਾਰ, ਠੀਕ ਹੈ ਨਾ, ਤੂੰ ਵੀ ਤਿਆਰ ਕਰ ਲੈਣਾ, ਉਹ ਵੀ ਤਿਆਰ ਕਰੇ, ਤੂੰ ਵੀ ਤਿਆਰ ਕਰੋ, ਆਇੰਦਾ ਤੂੰ ਵਾਈਟ ਆਊਟ ਕਰ ਦੇਣਾ ਜਿਹੜੀ ਗੱਲ ਕਿਸੇ ਨੂੰ ਬੁਰੀ ਲੱਗਦੀ ਹੈ, ਅਤੇ ਤਫਾ ਕਰੋ ਯਾਰ ਸਾਰੇ ਮਿਲ ਕੇ ਬੈਠੀਏ ਅਤੇ ਸ਼ੌਕ ਸ਼ੌਕ ਨੂੰ ਕਰੀਏ, ਇਨਸ਼ਾ ਅੱਲਾਹ ਤਾਲਾ ਆਉਣ ਵਾਲੇ ਸਾਲ ਦਾ ਫਿਰ ਤਮਾਸ਼ਾ ਲਾਈਏ, ਇਨਸ਼ਾ ਅੱਲਾਹ ਇਨਸ਼ਾ ਅੱਲਾਹ, ਤੁਹਾਡੇ ਨਾਲ ਸ਼ੁਗਰ ਮੇਲਾ ਵੀ ਹੋਏਗਾ, ਤੁਹਾਡੇ ਨਾਲ ਫਿਰ ਚਟਪਟੀਆਂ ਗੱਲਾਂ ਵੀ ਕਰਾਂਗੇ ਇਨਸ਼ਾ ਅੱਲਾਹ, ਚਟਪਟੀਆਂ ਮਸਾਲੇ ਪਾਵਾਂਗੇ, ਆਹੋ ਇਹ ਦੇਖੋ ਜੀ ਦੋਸਤੋ, ਇਹ ਥੱਲੇ ਉਹ ਬੱਚਿਆਂ ਨੇ ਕਬੂਤਰ ਰੱਖੇ ਜੇ ਇੱਧਰ ਆ, ਓਏ ਉੱਡਿਆ ਹੀ ਆਪਣਾ ਅਦੇ ਦਾਸ ਨੂੰ ਖਾਪੇ ਆਪਣਾ ਕਬੂਤਰ, ਇਹਨਾਂ ਨੇ ਕਬੂਤਰ ਰੱਖੇ ਨੇ, ਪੂਰੇ ਕਰਾ ਦਿਓ ਤੁਹਾਡੀ ਮਿਹਰਬਾਨੀ, ਗਰਮੀ ਨੇ ਕੱਢ ਦਿੱਤੀ ਖੀਰ, ਹਲਾ ਨਾ ਮੱਚ ਗਈ ਉੱਥੇ ਤੇ ਛੋਰੇ ਵਗਲ ਲੱਗ ਪਏ ਸੀ, ਮੈਂ ਕਿਹਾ ਛੱਪਾ ਚੱਲ ਚੱਲੇ ਚੱਲੀਏ, ਛੱਪਾ ਕਦੇ 12 ਵਜੇ ਨੇ ਥੱਲੇ ਆ ਗਏ, ਹੁਣ ਦਾਣਾ ਪਾ ਕੇ ਮਾਸ਼ਾਅੱਲਾ ਕਬੂਤਰ ਸੰਭਾਲ ਗਏ ਨੇ, ਦਾਣਾ ਪਾਣੀ ਕਰ ਦਿੱਤਾ, ਗਰਮੀ ਬਹੁਤ ਜ਼ਿਆਦਾ ਉਹਨਾਂ ਨੇ ਵਿਚਾਰਿਆਂ ਨੇ ਖਾਧਾ ਵੀ ਲਿਮਿਟ ਦੇ ਵਿੱਚ ਹੀ ਹੈ, ਉਹਨਾਂ ਨੇ ਬਹੁਤ ਓਵਰ ਨਹੀਂ ਖਾਧਾ, ਅਤੇ ਉਹ ਮਾਸ਼ਾਅੱਲਾ ਹੁਣ ਸਿਸਟਮ ਨਹੀਂ ਜੀ ਉੱਤੇ ਤਾਂ ਬੈਠਾ ਨਹੀਂ ਜਾ ਰਿਹਾ, ਸਹੀ ਗੱਲ ਹੈ, ਭੱਜ ਕੇ ਆਇਆ ਕੁੜੀ ਭਰਾ ਮੇਰੇ, ਤਾਂ ਭੱਜ ਕੇ ਥੱਲੇ ਆਇਆ ਭਾਈ ਉੱਤੇ ਤਾਂ ਗਰਮੀ 'ਚ ਬੈਠਾ ਨਹੀਂ ਜਾ ਰਿਹਾ, ਤੇ ਬਾਕੀ ਜਿਹੜੇ ਕਬੂਤਰ ਅਸੀਂ ਫਾਈਨਲ ਕੀਤੇ ਨੇ ਉਹ ਇੰਜਨ ਨੂੰ ਵਿੱਚ ਲੈ ਆਂਦਾ ਵੀ ਇੰਜਨ ਨੂੰ ਇੰਜਨ ਨਾਲ ਵਿੱਚ ਆ ਗਿਆ, ਤੇ ਬਾਹਰ ਕਿਹੜਾ ਗਿਆ ਕਬੂਤਰ ਲੌਸਮੈਂਟ ਕਰ ਰਿਹਾ, ਮੈਂ ਦੱਸ ਰਿਹਾ ਤੁਹਾਨੂੰ, ਸਗੀ ਵਾਲੀ ਕਬੂਤਰੀ ਇੱਕ ਗਿਫਟ ਮਾਰਦੀ, ਦੋ ਛੰਮਾ ਵਾਲੀ ਮਾਰਦੀ, ਤਿੰਨ ਮਾਰਦੀਆਂ ਪਾ ਰਹੇ ਆ ਕਬੂਤਰ, ਪਾ ਰਹੇ ਆ ਦੜਵੀ ਵਾਲਾ ਇੱਕ ਇੰਜਨ, ਦੋ ਮਾਮੂ ਵਾਲਾ ਜੌਂਸਰਾ, ਤਿੰਨ ਤੇ ਚੌਥਾ ਕਿਹੜਾ ਜੀ ਉਹ ਦੜਵੀ ਵਾਲਾ ਕਬੂਤਰ ਮਾਸ਼ਾਅੱਲਾ ਫਿੱਟ ਤੇ ਉਹ ਰਾਤੀ ਉਹਨੇ ਸੈੱਟ ਕਰਤਾ ਸੀ, ਛਮਾ ਲਗਾ ਦਿੱਤਾ, ਥੋੜਾ ਪੰਡਾਇਆ ਸੀ ਨੇ, ਹਾਂ ਥੋੜਾ ਜਿਹਾ ਕੋਰਸ ਬਾਹਰ ਕੱਢਿਆ, ਤੇ ਜਦੋਂ ਮੈਂ ਉੱਤੇ ਗਿਆ ਨਾ ਪਾਣੀ ਪੂਣੀ ਦਿੱਤਾ ਕਬੂਤਰ, ਬਾਕੀ ਸੁਬਾ ਉੱਤੇ ਗਿਆ ਪਾਣੀ ਕਾਹਦੀ ਪੁੱਛ ਲਈ ਕੁਛ ਵੀ ਨਹੀਂ, ਜਗ੍ਹਾ ਨੀਡ ਸੀ, ਹਾਂ ਨੀਡ ਸੀ, ਨਾ ਤੇ ਬਣਾਤੀ ਪਾਣੀ ਵੀ ਦਿੱਤਾ ਸੀ, ਖੁਰਾਕ ਦੀਆਂ ਦੋ ਤਿੰਨ ਗੋਲੀਆਂ ਵੀ ਦਿੱਤੀਆਂ ਸੀ, ਤੇ ਬਾਕੀ ਉੱਧਰ ਤੇ ਭਾਜਨ ਗੱਲ ਇਹ ਕੀ ਕਿ ਭਾਜਨ ਅਸੀਂ ਇਨਸ਼ਾਅੱਲਾ ਆਖਰੀ ਦੁਆਰ ਹੈ, ਮੈਂ ਨਾ ਆਪਣੇ ਵੀਰਾਂ ਨਾਲ ਗੱਲ ਕਰਨਾ ਚਾਹ ਰਿਹਾ ਸੀ, ਤੁਹਾਡੀ ਬੜੀ ਮਿਹਰਬਾਨੀ ਹੈ, ਤੁਹਾਡੀ ਮੁਹੱਬਤ ਹੈ, ਤੁਸੀਂ ਸਾਨੂੰ ਬੜੀ ਚਾਹਤ ਕੀਤੀ, ਐ ਮੈਂ ਦੋ ਮਿੰਟ ਗੱਲ ਕਰਨ ਲੱਗਾ ਮੈਂ ਜੀ ਬੋਲੇ ਕੋਲ, ਕਿ ਤੁਹਾਡੀ ਮਿਹਰਬਾਨੀ, ਸਾਡੀਆਂ ਵੀਡੀਓ ਸਾਰੀਆਂ ਵੇਖੀਆਂ, ਤੁਸੀਂ ਸਾਡਾ ਹੌਸਲਾ ਅਫਜ਼ਾਈ ਕੀਤੀ, ਸਾਨੂੰ ਤੁਸੀਂ ਕਮੈਂਟਸ ਕਰਦੇ ਰਹੇ, ਸਾਡੀ ਚਾਹਤ ਕੀਤੀ, ਮੈਂ ਸਰ ਤੁਹਾਨੂੰ ਸਲੂਟ ਕਰਨਾ, ਤੁਹਾਡੀ ਬੜੀ ਮਿਹਰਬਾਨੀ ਹੈ ਕਿ ਤੁਸੀਂ ਇੰਨਾ ਪਿਆਰ ਦਿੱਤਾ,
ਗੱਲ ਪਤਾ ਕੀ ਹੈ, ਇੱਕ ਸੀਜ਼ਨ ਆਇਆ ਸੀ ਕਬੂਤਰ ਬੇਸਿਕਲੀ ਨਾ, ਅਗਰ ਬੰਦਾ ਹੌਸਲੇ ਨਾਲ ਚੱਲੇ ਤਾਂ ਕੁਛ ਨਹੀਂ ਕਹਿੰਦੀ, ਲੇਕਿਨ ਇਹਦੇ 'ਚ ਵਾਅਦੇ ਘਾਟੇ ਬੜੇ ਹੋ ਸਕਦੇ। ਬੇਸਿਕਲੀ ਤੁਸੀਂ ਕੱਲ੍ਹ ਮੈਂ ਸਮਝ ਰਹੇ ਹੋ ਮੈਂ ਕੀ ਕਹਿ ਰਿਹਾ, ਸ਼ੌਕ ਹੈ ਕਿਸੇ ਦੇ ਗਰਮੀ ਸਰਦੀ ਵਾਅਦੇ ਘੱਟ ਹੋਏ, ਲੇਕਿਨ ਅੱਲਾਹ ਦਾ ਬੜਾ ਸ਼ੁਕਰ ਹੈ ਯਾ ਪਰ ਉਹਦੀ ਜਿਹੜਾ ਖੈਰ ਕਰੀਏ ਤਾਂ ਇਹ ਸੀਜ਼ਨ ਨਿਕਲ ਗਿਆ। ਕੱਲ੍ਹ ਜੇ ਤਿਉਹਾਰ ਰਹਿ ਗਈ ਥੋੜ੍ਹੇ ਬੰਦਿਆਂ ਨਾਲ, ਉਹ ਵੀ ਖੈਰ ਕਰੀ ਨਾਲ ਨਿਕਲ ਜਾਏਗੀ। ਦਸ ਬੰਦੇ ਨੇ ਛੇੜਖਾਨੀ ਕਰਦੇ ਰਹਾਂਗੇ ਤੇ ਆਪਣੇ ਵੀਰਾਂ ਨਾਲ ਦਿਲ ਲਾਈ ਰੱਖੀਏ, ਤੁਹਾਡੇ ਨਾਲ ਖੇਡਦੇ ਰਹੀਏ। ਔਰ ਮਾਸ਼ਾਅੱਲਾ ਮਾਸ਼ਾਅੱਲਾ ਅੱਲਾਹ ਤੁਹਾਨੂੰ ਵੀ ਜ਼ਿੰਦਗੀ ਦੇ, ਸਾਨੂੰ ਦੇਵੇ। ਇਹ ਜ਼ਿੰਦਗੀ ਹੈ, ਇਹ ਜ਼ਿੰਦਗੀ ਦੇ ਮੇਲੇ ਨੇ, ਤਕਲੀਫ ਬੜੀ ਹੋ ਰਹੀ ਹੈ, ਦੁੱਖ ਬੜਾ ਹੋ ਰਿਹਾ, ਅੰਦਰੋਂ ਅੰਦਰ ਦਿਲ ਦੁਆਸ ਵੀ ਹੋ ਰਿਹਾ ਕਿ ਅਸੀਂ ਇਹ ਤਿਉਹਾਰ ਹੁੰਦਾ ਸੀ ਹਾਰ ਗਏ ਹਾਂ ਜਿੱਤ ਗਏ ਅਗਲੇ ਤਿਉਹਾਰ ਚੱਲਾਂਗੇ, ਇਹ ਹਾਰ ਗਏ ਹਾਂ ਜਿੱਤ ਗਏ ਅਗਲੇ ਤਿਉਹਾਰ ਚੱਲਾਂਗੇ। ਯਾਰ ਹੁਣ ਮੇਲਾ ਗਿਆ ਉੱਜੜ, ਹੁਣ ਉੱਜੜਦਾ ਪਿਆ ਦਿਲ ਅੰਦਰੋਂ ਹਿੱਲ ਗਿਆ ਜੀ ਮਾਤਾ ਨੂੰ ਕੀ ਗੱਲ ਦੋਸਤਾਂ ਸਾਹਿਬ, ਜਿੱਤ ਹਾਰ ਕੁਛ ਨਹੀਂ ਕਹਿੰਦੀ, ਲੇਕਿਨ ਜਿਹੜਾ ਨਾ ਸ਼ੋਅ ਖਤਮ ਹੋ ਰਿਹਾ, ਇਹ ਦਿਲ ਨੂੰ ਕਹੋਲ ਜਿਹਾ ਫਿਰਦਾ ਪਿਆ ਅੰਦਰ, ਇੱਕ ਜਿਸ ਤਰ੍ਹਾਂ ਬੰਦਾ ਕਹਿੰਦਾ ਮੈਂ ਰੋ ਪਵਾਂ, ਹਕੀਕਤ ਇਹ ਰੋਣ ਵਾਲਾ ਸਮਾਂ ਆ ਗਿਆ। ਕੱਲ੍ਹ ਨਹੀਂ ਛੱਤ ਗਏ ਦੋ ਸਾਰੇ ਪਾਏ ਦਸੀ ਦਸੀ, ਤੁਹਾਨੂੰ ਮੈਂ ਕੀ ਦੱਸਾਂ, ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਮੇਰਾ ਕਿੰਨਾ ਦਿਲ ਹੋਲਾ ਪੈ ਰਿਹਾ ਕਿ ਸੀਜ਼ਨ ਖਤਮ ਹੋ ਗਿਆ। ਕਿਸਮਤ ਯਾਰ ਨਸੀਬ ਦੀ ਗੱਲ ਹੈ, ਆਉਣ ਵਾਲਾ ਵਕਤ ਕਿਸੇ ਨੇ ਵੇਖਿਆ ਨਹੀਂ ਸੀ, ਬਿਲਕੁਲ ਬਿਲਕੁਲ, ਕਦੇ ਖੈਰ ਖਰੀਦ ਦੇ ਨਾਲ ਆਵੇ, ਲੇਕਿਨ ਹੁਣ ਭਰਿਆ ਮੇਲਾ ਹੈ, ਸੁੱਕ ਇੱਥੇ ਉੱਜੜਨ ਦੇ ਹੈ, ਤੇ ਆਉਣ ਵਾਲਾ ਵਕਤ ਫਿਰ ਖੈਰ ਨਾਲ ਆਵੇ, ਲੇਕਿਨ ਇਨਸ਼ਾਅੱਲਾ ਤਾਲਾ ਪਰਵਰਦਿਗਾਰ ਚੱਲੇ ਬਾਕ ਦੁਆ ਅੱਲਾਹ ਕੋਲ ਇਹੀ ਕਰਨੇ ਕਿ ਯਾ ਅੱਲਾ ਜਿਹੜੇ ਸਾਡੇ ਨਾਲ ਹੈਗੇ ਸਨ ਪੁੱਤਰਬਾਜ਼, ਜਿਨ੍ਹਾਂ ਨਾਲ ਸਾਡੀਆਂ ਬਾਜ਼ੀਆਂ ਲੱਗੀਆਂ, ਜਿਹਨਾਂ ਸਾਡੇ ਦੋਸਤ, ਅੱਲਾਹ ਉਹਨਾਂ ਦੀ ਵੀ ਖੈਰ ਕਰੇ, ਆਮੀਨ ਜੀ, ਅੱਲਾਹ ਉਹਨਾਂ ਦੀ ਵੀ ਰਹਿਮਤ ਕਰੇ ਤੇ ਅੱਲਾਹ ਸਾਡੀ ਵੀ ਕਰੇ, ਔਰ ਖੈਰ ਜਰੀ ਤੇ ਅਗਲੇ ਸਾਲ ਮਾਸ਼ਾਅੱਲਾ ਅੱਲਾਹ ਵੀ ਸਭ ਨੂੰ ਕਾਇਮ ਰੱਖੇ, ਆਮੀਨ ਜੀ, ਭਰਾਵਾਂ ਨੂੰ ਵੀ ਜਿੰਨੇ ਉਹਨਾਂ ਨੂੰ ਤੇ ਲਵ ਯੂ ਇਹਨਾਂ ਵੱਡੇ ਵਾਲਾ, ਉਸ ਵੀ ਲਾ ਲਾਂਗੇ ਯਾਰ, ਅਸੀਂ ਅਸੂ ਵੀ ਪੇਚਾ ਪਾਵਾਂ, ਭਾਵੇਂ ਕਬੂਤਰ ਹੋਣ ਨਾ ਹੋਣ ਪੇਚਾ ਪਾ ਲੈ, ਕੋਈ ਗੱਲ ਨਹੀਂ, ਹਾਂ ਹੀ ਜਾਵਾਂਗੇ, ਲੇਕਿਨ ਆਪਣੇ ਆਪ ਨੂੰ ਦਿਲ ਤੇ ਖੁਸ਼ ਹੋਏਗਾ ਨਾ ਸਾਡਾ। ਬੰਦਾ ਨੁੱਚੜ ਜਾਂਦਾ ਪਸੀਨੇ ਨਾਲ, ਬੜੀ ਗਰਮੀ ਹੁੰਦੀ ਹੈ, ਉਹਦੇ ਬੜਾ ਕੂਤਾ ਸੁਣਾ, ਹੈਗਾ ਕਿ ਖੈਰਗਰੀ ਦਾ ਵਕਤ ਆਵੇ। ਆਪਣਾ ਇਰਫਾਨ ਪਠਾਨ ਹੈ, ਉਹ ਵੀ ਬੜਾ ਅੱਛਾ ਜੀ ਹੈ, ਉਹਨਾਂ ਦੇ ਉਸਤਾਦ ਬੜੇ ਅੱਛੇ ਨੇ, ਉਹਨਾਂ ਦੇ ਉਸਤਾਦਾਂ ਵੀ ਲੱਗਿਆ ਅੱਛਾ। ਮੈਂ ਅਗਰ ਮੇਰੀ ਪੈਂਤ ਵਿੱਚ ਨਾ ਯਾਰ, ਮੈਂ ਇੱਕ ਮਿੰਟ ਸਟਾਪ ਕਰੀ ਆ ਰਿਹਾ, ਹਾਂਜੀ ਬਾਬਾ ਜੀ, ਮੈਂ ਨਾ ਮੇਰੀ ਅਗਰ ਬੈਠਣ ਦਾ ਮਜ਼ਾ ਆਇਆ ਨਾ, ਤੇ ਬੜਾ ਮਜ਼ਾ ਆਇਆ ਹੈਦਰ ਪਠਾਨ ਦੇ, ਮੈਂ ਉੱਥੇ ਡੇਰੇ ਤੇ ਗਿਆ, ਮਾਸ਼ਾਅੱਲਾ ਉਹਨਾਂ ਦੀ ਦੁਕਾਨ ਹੈ ਦਰਜੀਆਂ ਦੀ, ਉਹਨਾਂ ਦੇ ਉਸਤਾਦ ਨੇ, ਉਹਨਾਂ ਦੇ ਉਸਤਾਦ ਦੀ ਕਿਆ ਬਾਤ ਹੈ, ਬੜੀ ਚਾਹਤ ਵਾਲੇ, ਬੜੇ ਪਿਆਰ ਵਾਲੇ, ਮਲਾਈ ਬੰਦੇ ਨੇ, ਜਿਨ੍ਹਾਂ ਨਾਲ ਦਿਲ ਕਰਦਾ ਬੰਦਾ ਬੈਠਣ ਦਾ। ਇੱਕ ਇਹੋ ਜਿਹੀ ਰੂਹ ਹੁੰਦੀ ਹੈ ਸ਼ਮਾ ਜੀ, ਇੱਕ ਇਹੋ ਜਿਹੀ ਰੂਹ ਹੁੰਦੀ ਹੈ ਕਿ ਜਿਹਨਾਂ ਨਾਲ ਦਿਲ ਕਰਦਾ ਕਿ ਜਾ ਕੇ ਬਾਰ ਬਾਰ ਬੰਦਾ ਮਿਲੇ, ਬਾਰ ਬਾਰ ਬੈਠੇ, ਇਹ ਤੇ ਗੱਲ ਹੈ। ਉਹ ਭਾਵੇਂ ਇਰਫਾਨ ਪਠਾਨ ਦੀ ਪੂਰੀ ਟੀਮ ਨੂੰ, ਪੂਰੀ ਟੀਮ ਨੂੰ ਤਿਉਹਾਰ ਵਾਲੇ ਦਿਨ ਮੇਰੇ ਵੱਲੋਂ ਦਾਵਤ ਹੈ, ਚਾਹੇ ਮੈਂ ਹਾਰਾ ਚਾਹੇ ਮੈਂ ਜਿੱਤਾਂ, ਉਹਨਾਂ ਦੀ ਮੈਂ ਤਿਉਹਾਰ ਨਾਲ ਪਾਰਟੀ ਕਰਾਂਗਾ, ਠੀਕ ਹੋ ਗਿਆ ਇਨਸ਼ਾਅੱਲਾ, ਪੂਰੀ ਉਹਨਾਂ ਦੀ ਪਾਰਟੀ, ਉਹਨਾਂ ਦੀ ਪੂਰੀ ਪਾਰਟੀ ਨੂੰ, ਮੈਂ ਜਿੰਨੇ ਵੀ ਆਉਣਾ ਚਾਹਣ ਮੇਰੇ ਲਈ ਮੋਸਟ ਵੈਲਕਮ ਹੈ, ਅਸੀਂ ਬਹਿ ਕੇ ਜੋ ਵੀ ਸਾਡੇ ਕੋਲ ਪੁੱਜੇ ਸੇ ਜਗ੍ਹਾ ਧਰਮ ਪਰ ਅਸੀਂ ਖਾਵਾਂ ਪੀਵਾਂਗੇ, ਰਾਤ ਦੀ ਪਾਰਟੀ ਉਹਨਾਂ ਦਾ ਤਿਉਹਾਰ ਦੀ ਮੇਰੀ ਹੋਏ, ਠੀਕ ਹੋ ਗਿਆ, ਕਿਉਂਕਿ ਮੈਨੂੰ ਬੜੀ, ਮੈਂ ਜਦੋਂ ਵੀ ਗਿਆ ਉਹਨਾਂ ਨੇ ਮੇਰੀ ਬੜੀ ਬੜੀ ਇੱਜ਼ਤ ਕੀਤੀ ਹੈ, ਔਰ ਬੜਾ ਉਹਨਾਂ ਨੇ ਪਿਆਰ ਦਿੱਤਾ, ਔਰ ਉਹਨਾਂ ਨੇ ਕਦੀ ਮਹਿਸੂਸ ਨਹੀਂ ਕਰਿਆ ਕਿ ਸਾਡੀ ਬਾਜ਼ੀ ਲੱਗੀ ਹੋਈ ਹੈ, ਬਾਜ਼ੀ ਉਹਨਾਂ ਨੇ ਹਰ ਸਾਲ ਉੱਡਣੀ ਹੈ, ਹਰ ਸਾਲ ਮੈਂ ਉਹਨਾਂ ਨਾਲ ਸ਼ੋਅ ਕਰਾਂਗਾ, ਹਰ ਸਾਲ ਮੈਂ ਉਹਨਾਂ ਨਾਲ ਖੇਡਾਂਗਾ, ਲੇਕਿਨ ਇਸੇ ਤਰ੍ਹਾਂ ਪਿਆਰ ਨਾਲ ਖੇਡਾਂਗਾ, ਬੜੇ ਜੀਦਾਰ ਔਰ ਬੜੇ ਦਿਲ ਵਾਲੇ ਬੰਦੇ ਨੇ, ਔਰ ਇਹ ਬੰਦੇ ਬਹੁਤ ਘੱਟ ਹੁੰਦੇ ਨੇ, ਇੱਕੋ ਭਾਈ ਦੇ ਰੀਏ ਨੇ ਪਿੱਛੇ ਉਹਨਾਂ ਦੇ ਬੈਠੇ ਹੁੰਦੇ ਨੇ,
ਉਹਨਾਂ ਦੀ ਥੋੜੀ ਜਿਹੀ ਨਾ ਮੈਂ ਉਹ ਕਮਜ਼ੋਰੀ ਸੀਗੀ ਤੇ ਮੈਂ ਉਹਨਾਂ ਵਾਸਤੇ ਸੋਚਿਆ ਕਿ ਸ਼ਾਇਦ ਲੈ ਲਿਆ ਉਹ ਪਾਏ ਨਾ ਤੁਸੀਂ ਅਗਰ ਦੇਖ ਰਹੇ ਹੋ ਨਾ ਉਹ ਜਿਹੜੇ ਪਿੱਛੇ ਟਿਕ 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 ਉਹਨਾਂ ਦੀ ਬੜੀ ਕਮੀ ਹੈ ਮੈਂ ਉਹਨਾਂ ਨੂੰ ਕਿਹਾ ਸੀ ਡ੍ਰਿਪਾਂ ਸ਼ਿਪਾਂ ਲਾ ਲਓ ਲੇਕਿਨ ਉਹਨਾਂ ਨੇ ਕੁਛ ਸੋਚਿਆ ਮੈਨੂੰ ਲੱਗਦਾ ਮੈਨੂੰ ਆਪ ਹੀ ਸੋਚਣਾ ਪੈਣਾ ਉਹਨਾਂ ਦੇ ਤੇ ਭਾਜਨ ਇਹ ਕਰਨਾ ਨਾ ਭੁੱਲਾਂ ਦੇਖੋ ਯਾਰ ਮੈਂ ਹੋ ਸਕਦਾ ਕੋਈ ਬੁਰਾ ਇਹਨਾਂ ਮਨਾ ਲਵੇ ਗੱਲ ਹੀ ਭਾਜਨ ਮੈਂ ਉਹਨਾਂ ਦੀ ਗੈਦਰਿੰਗ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਤੇ ਸੁਲਹ ਸੁਲਾਈ ਕਰਾ ਦਿੰਦੇ ਅਗਰ ਤੇ ਉਹ ਮੰਨਣ ਨੂੰ ਦਬਾਣਗੇ ਤੇ ਤਦ ਵੀ ਠੀਕ ਹੈ ਸਾਡੀ ਕੋਸ਼ਿਸ਼ ਤੇ ਹੈਗੀ ਕਿ ਵਿੱਚ ਪੈ ਕੇ ਸਹੀ ਕਰਾ ਦਈਏ ਯਾਰ ਉਹਨਾਂ ਨੂੰ ਆਪਾਂ ਜੀ ਸੁਲਹ ਕਰਾ ਲਈਏ ਇਹ ਕਹੀ ਯਾਰ ਸਾ ਜਿੰਨੀ ਨੇ ਉਹ ਵੀ ਭਾਣ ਕਰਕੇ ਬੁਲਾਉਂਦਾ ਉਹ ਵੀ ਭਾਣ ਕਰਕੇ ਬੁਲਾਉਂਦਾ ਵੀ ਸਾਜੀ ਕਰਦਾ ਤੇ ਦੇਖੋ ਅੱਛੀ ਗੱਲ ਨਹੀਂ ਮੈਂ ਨਹੀਂ ਇਹਨਾਂ ਦਾ ਅਸੀਂ ਉਹਨਾਂ ਦਾ ਤਮਾਸ਼ਾ ਨਹੀਂ ਦਿਖਾਣਾ ਚਾਹੁੰਦੇ ਅਸੀਂ ਕਹਿੰਦੇ ਕਿ ਆਪਾਂ ਜੀ ਰਲ ਮਿਲ ਕੇ ਇਕੱਠੇ ਹੋ ਜਾਣ ਤੇ ਗੈਦਰਿੰਗ ਕਰ ਲੈਣ ਪੂਰੀ ਕੋਸ਼ਿਸ਼ ਕਰਾਂਗੇ ਯਾਰ ਹਾਂ ਉਹਨਾਂ ਨੂੰ ਬੁਲਾ ਦੂ ਅਗਰ ਉਹ ਆ ਗਏ ਤੇ ਫਿਰ ਠੀਕ ਹੈ ਭਾਜਾ।